ਮੈਂ ਕਿਹਾ ਗੱਬਰ ਨੂੰ ਅਸੀਂ ਆਏ ਹਾਂ ਨਾ ਪਿੱਛੇ ਉਹਦੇ ਸਾਥੀ ਬਣ ਕੇ, ਉਹ ਜ਼ਿੰਦਾਬਾਦ ਰਹਿਣ ਦਿਲੋ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟ ਨਹੀਂ। ਅਸੀਂ ਪੰਜਾਬ ਨੂੰ ਸਪੋਰਟ ਕਰਨ ਆਏ ਹਾਂ ਜੀ, ਔਰ ਹਮੇਸ਼ਾ ਅਸੀਂ ਪੰਜਾਬ ਨੂੰ ਸਪੋਰਟ ਕੀਤਾ, ਅਸੀਂ ਆਪਣੀ ਟੀਮ ਨੂੰ ਅੱਜ ਜਿਤਾ ਕੇ ਜਾਵਾਂਗੇ। ਮੇਰੇ ਆਪ ਕੀ ਪੂਰੀ ਵਾਇਬ ਆ, ਬਾਬਾ ਸੁੱਖ ਰੱਖੇ ਯਾਰ, IPL ਪੰਜਾਬ ਜਿੱਤਣਾ ਚਾਹੀਦਾ। ਨਵਾਂ ਸਟੇਡੀਅਮ ਹੈ ਜੀ, ਨਵਾਂ ਗਾਜ IPL ਦਾ, ਅਸੀਂ ਬਾਰ ਬਾਰ ਦੱਸਿਆ ਸੀ ਸਭ ਤੋਂ ਪਹਿਲਾਂ ਕਿ ਨਵੀਂ ਚੀਜ਼ ਹੈ, ਔਰ ਖਾਸ ਕਰ ਜੇ ਆਪਾਂ ਪੋਲੀਵੁੱਡ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਹੁਣੀ ਪਹੁੰਚੇ ਨੇ ਮੈਚ ਦੇਖਣ। ਸਿੰਗਿੰਗ ਦਾ ਭਾਜੀ ਤੁਸੀਂ ਨੱਚਦੇ ਕੁੱਝਦੇ ਕਹਿੰਦੇ ਹੋ, ਅੱਜ ਨੱਚ ਕੁੱਦਣ ਦਾ ਕੰਮ ਹੈ, ਯਾਨੀ ਕਿ ਪਲੇਅਰ ਅੰਦਰ ਖੇਲ ਰਹੇ ਨੇ, ਕਿਵੇਂ ਦਾ ਲੱਗ ਰਿਹਾ? ਅਸੀਂ ਪੰਜਾਬ ਨੂੰ ਸਪੋਰਟ ਕਰਨ ਆਏ ਹਾਂ ਜੀ, ਔਰ ਹਮੇਸ਼ਾ ਅਸੀਂ ਪੰਜਾਬ ਨੂੰ ਸਪੋਰਟ ਕੀਤਾ, ਅਸੀਂ ਆਪਣੀ ਟੀਮ ਨੂੰ ਅੱਜ ਜਿਤਾ ਕੇ ਜਾਵਾਂਗੇ। ਤੇ ਅਸੀਂ ਆਏ ਹਾਂ, ਮੈਂ ਆਇਆ, ਐਮੀ ਵਿਰਕ ਆਇਆ, ਅਸੀਂ ਸਾਰੇ ਆਏ ਹਾਂ। ਸੋ ਵੀ ਹੋਪ ਕਿ ਅੱਜ ਪੰਜਾਬ ਨੂੰ ਅਸੀਂ ਪੂਰਾ ਚੇਅਰ ਅਪ ਕਰਾਂਗੇ। ਤੁਹਾਡਾ ਦੋਸਤ ਗੱਬਰ ਕਪਤਾਨ ਹੈ, ਮੈਂ ਕਿਹਾ ਗੱਬਰ ਨੂੰ ਅਸੀਂ ਆਏ ਹਾਂ ਨਾ ਪਿੱਛੇ ਉਹਦੇ ਸਾਥੀ ਬਣ ਕੇ, ਅੱਜ ਪੂਰਾ ਹਲਾਰਾ ਦੇਖ ਲਿਆ। ਜੀ ਭਾਜੀ ਸੀ ਯੂ ਭਾਜੀ, ਸਟੇਡੀਅਮ ਬਾਰੇ ਕੀ ਹੈ ਜਿੱਦਾਂ? ਭਾਜੀ ਬਹੁਤ ਵਧੀਆ, ਮੈਂ ਕਿਹਾ ਰੌਣਕ ਮੇਲੇ ਲੱਗੇ ਪਏ ਆ, ਪੰਜਾਬ ਦੀ ਗੱਲਬਾਤ ਹੀ ਹੋ ਰਹੀ ਤਾਂ ਹੋਰ ਜ਼ਿਆਦਾ ਵਧੀਆ ਗੱਲਬਾਤ ਆ, ਕਿਉਂਕਿ 5 ਮੈਚ ਨੇ ਹਲੇ, ਬਾਕੀ ਕਹਿੰਦੇ ਟਰਾਈ ਕਰ ਰਹੇ, ਬਸ ਅੱਜ ਲੱਗੇ ਉਦਘਾਟਨ ਕਰਨ। ਕੀ ਕਹਿਣਾ ਚਾਹੋਗੇ ਫੈਨਸ ਨੂੰ? ਬਸ ਜੀ ਆਓ ਸਾਰੇ, ਵੱਧ ਚੜ ਕੇ ਆਓ, ਪਤਾ ਲੱਗੇ ਪੰਜਾਬੀਆਂ ਦਾ ਕੀ ਮਾਹੌਲ ਆ, ਕਿੱਦਾਂ ਆਪਣਾ ਨਵਾਂ ਸਟੇਡੀਅਮ ਆ, ਕੀ ਰਸ਼ ਆ, ਕੀ ਨਹੀਂ ਆ। ਬਹੁਤ ਸ਼ੁਕਰੀਆ। ਆਏ ਸੀਗੇ ਰਣਜੀਤ ਬਾਵਾ, ਐਮੀ ਵਿਰਕ ਵੀ ਪਹੁੰਚੇ ਨੇ, ਐਮੀ ਵਿਰਕ ਵੀ ਨਾਲ ਨੇ। ਬਹੁਤ ਵਧੀਆ ਭਾਜੀ, ਬਹੁਤ ਵਧੀਆ, ਸਭ ਸੁੱਖ ਸ਼ਾਂਤ ਹੈ। ਐਮੀ ਉਹ ਕਹਿ ਕੇ ਗਏ ਕਿ ਅੱਜ ਪੰਜਾਬ ਨੂੰ ਜਿਤਾਉਣ ਆਏ ਹਾਂ। ਬਾਬਾ ਸੁੱਖ ਰੱਖੇ, ਮਾਲਕ ਮਿਹਰ ਕਰਨ ਦੀ ਅਰਦਾਸ ਕਰਦੇ ਹਾਂ, ਤੇ ਜਿਤਾਉਣ ਆਏ ਹਾਂ, ਆਪਦੀ ਟੀਮ ਨੂੰ ਸਪੋਰਟ ਕਰਨਾ ਹੈ ਭਾਜੀ। ਗੱਬਰ ਤੁਹਾਡਾ ਦੋਸਤ ਕਪਤਾਨ ਹੈ ਜੀ? ਜੀ ਵਾ ਵੀਰ ਸਾਡਾ, ਅਸੀਂ 15 ਦਿਨ ਪਹਿਲਾਂ ਮਿਲੇ ਸੀਗੇ ਤੇ ਮੇਰੇ ਆਪ ਕੀ ਪੂਰੀ ਵਾਇਬ ਆ, ਬਾਬਾ ਸੁੱਖ ਰੱਖੇ ਯਾਰ, IPL ਪੰਜਾਬ ਨੂੰ ਜਿੱਤਣਾ ਚਾਹੀਦਾ। ਹਾਂ, ਫੁੱਲ ਜ਼ੋਰ ਮਾਰਾਂਗੇ ਤੇ ਆਪਣੇ ਮਤਲਬ ਪੂਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਆਪਾਂ ਰੱਜ ਕੇ ਸਪੋਰਟ ਕਰੀਏ। ਅੱਛਾ, ਦੋਨੋਂ ਤੁਸੀਂ ਪਹੁੰਚੋ, ਗੱਬਰ ਤੁਹਾਡਾ ਦੋਸਤ ਹੈ, ਮੈਨੂੰ ਲੱਗਦਾ ਪੂਰੇ ਅੱਜ ਪੰਜਾਬ ਦਾ ਜੋਸ਼ ਡਬਲ ਹੋ ਜਾਏਗਾ। ਬਾਬਾ ਸੁੱਖ ਰੱਖੇ, ਅੱਜ ਪੰਜਾਬ ਜਿੱਤ ਜੇ ਅਸੀਂ ਬਾਅਦ ਪਾਰਟੀ ਕਰਾਂਗੇ, ਅਦੇ ਤੇ ਗਾਣੇ ਗਾਵਾਂਗੇ। ਇੱਕ ਸਵਾਲ, ਨਵਾਂ ਸਟੇਡੀਅਮ ਕਿਵੇਂ ਦਾ? ਨਹੀਂ ਬਹੁਤ ਵਧੀਆ, ਮੈਂ ਹੁਣ ਪਹਿਲੀ ਵਾਰ ਚੱਲਿਆ, ਜਿਵੇਂ ਵੇਖਣ ਚੱਲਿਆ। ਹਾਂ, ਮੈਂ ਵੀਡੀਓ ਦੇ ਰਹੀ ਹਾਂ, 10 ਦਿਨ ਹੋ ਗਏ ਵੇਂਦੇ ਨੂੰ, ਮੈਂ ਯੂਟਿਊਬ ਤੇ ਵੇਖਣ ਦਾ ਹੀ ਸਾਰਿਆਂ ਨੇ, ਕਈ ਜਣਾਂ ਨੇ ਵਲੌਗਸ ਪਾਏ ਸੀਗੇ, ਬਟ ਬਾਬਾ ਸੁੱਖ ਰੱਖੇ ਹੁਣ ਚੱਲੇ ਆ, ਵਾਈਬ ਆ ਰਹੀ ਹੈ। ਪੰਜਾਬ ਦਾ ਪਹਿਲਾਂ ਵਾਲਾ ਪੀਸੀ ਸਟੇਡੀਅਮ ਵੀ ਬਹੁਤ ਵਧੀਆ ਸੀ, ਉਹ ਮੈਂ ਆਪਾਂ ਚਲੋ ਵਹਿ ਕਰਦੇ ਹਾਂ, ਚਲੋ ਉਹ ਵੀ ਇੱਕ ਹੈਗਾ ਸਾਡੇ ਕੋਲ, ਉਹ ਵੀ ਸਰਮਾਇਆ ਪਿਆ ਸਾਡੇ ਕੋਲ ਤੇ ਇੱਕ ਆ ਚੀਜ਼ ਆ ਗਈ ਤੇ ਬਹੁਤ ਵਧੀਆ ਹੋਇਆ। ਅੱਛਾ, ਬਦਲਾਵ ਕਿਵੇਂ ਲੱਗਿਆ? ਪਹਿਲਾਂ ਤਾਂ ਉਧਰੋਂ ਮੋਹਾਲੀ ਵੱਲ ਤੁਰਦੇ ਸੀ, ਅੱਜ ਮੁੱਲਾਂ ਪਰ ਵਜੇ ਥੋੜਾ ਜਿਹਾ ਛੇਤੀ ਅੱਪੜ ਗਏ, ਪਤਾ ਉੱਥੇ ਅੰਦਰ ਜਾਂਦਾ ਰਾਜ ਹੁੰਦਾ ਹੀ ਬਹੁਤ ਜ਼ਿਆਦਾ। ਗੱਲ ਕਰ ਰਹੇ ਸੀ ਕਿਤੇ ਛੇਤੀ ਆ ਗਏ, ਛੇਤੀ ਪਾਉਣਗੇ। ਅੱਛਾ, ਕਿਵੇਂ ਦੇਖਦੇ ਹੋ IPL ਦਾ ਆਗਾਜ਼, ਇੱਕ ਨਵਾਂ ਜੋਸ਼ ਨਵੇਂ ਹੁੰਦਾ ਨਾ ਕਿ ਕਪਤਾਨ ਦੀ ਜ਼ਿੰਮੇਵਾਰੀ, ਤੁਸੀਂ ਵੀ 83 ਦੀ ਉਹ ਜਿਹੜੀ ਮੂਵੀ ਹੈ ਜੀ, ਸਭ ਤੋਂ ਵਧੀਆ ਅੱਗੇ ਲੱਗਦਾ ਵੀ ਆਪਣੇ ਸਰਦਾਰ ਉਹ ਵੱਡੇ ਵੱਡੇ ਪੈਂਫਲੇਟ ਲੱਗੇ ਨੇ ਨਾ, ਕਿੰਨੇ ਸੋਹਣੇ ਪੱਗਾਂ ਵਾਲੇ ਵੀਰ ਵੀ ਨੇ, ਅਰਸ਼ਦੀਪ ਨੇ, ਹੋਰ ਸਾਡੇ ਵੀਰ ਸਾਰੇ ਅਰਪਿਤ ਹੋਈ ਹਨ, ਸਾਰੇ ਵੀਰ ਬੈਠੇ ਨੇ ਤੇ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬੈਸਟ ਵਿਸ਼ਿਸ਼। ਬਾਕੀ ਜਿਹੜਾ ਸੋਹਣਾ ਖੇਡੂਗਾ ਜੀ ਉਹ ਜਿੱਤੂਗਾ, ਬਾਕੀ ਐਂਟਰਟੇਨਮੈਂਟ ਹੈ ਜਿਹੜਾ ਗਰਾਊਂਡ ਦੇ ਵਿੱਚ ਆਉਂਦਾ, ਉਹਦੇ ਲਈ ਇਹ ਧਾਰਨੀ ਮੈਟਰ ਕਰਦੀ ਹੁੰਦੀ ਕਈ ਵਾਰੀ, ਹੁਣ ਤਾਂ ਇੱਥੇ ਜਿਹੜਾ ਇਨਵਾਇਰਮੈਂਟ ਹੁੰਦਾ ਨਾ ਗਰਾਊਂਡ ਦੇ ਵਿੱਚ, ਉਹ ਸਵਾਦ ਬਹੁਤ ਹੁੰਦਾ, ਤਾਂ ਕਰਕੇ ਆਇਆ ਭਾਜੀ। ਅੱਛਾ, ਇੱਕ ਫੈਂਸ ਨੂੰ ਕੀ ਕਹਿਣਾ ਚਾਹੋਗੇ? ਬਸ ਬੇਨਤੀ ਹੈ ਵੀ ਰੱਜ ਕੇ ਸਪੋਰਟ ਕਰੋ, ਜਿਹੜੇ ਜਿਹੜੇ ਤੁਸੀਂ ਜਿਹੜੇ ਜਿਹੜੇ ਸੂਬੇ ਤੋਂ ਹੈਗੇ ਹੋ, ਅਸੀਂ ਤਾਂ ਕਹਾਂਗੇ ਪੰਜਾਬ ਨੂੰ ਸਪੋਰਟ ਕਰੋ। ਵੈਸੇ ਤਾਂ ਛੋਟੀ ਜੀ ਇੱਕ ਲਾਈਨ ਬਸ ਕੁਛ, ਓ ਜ਼ਿੰਦਾਬਾਦ ਰਹਿਣ ਦਿਲੋ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟ ਨਹੀਂ। ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਇਹ ਸੀਗੇ ਐਮੀ ਵਿਰਕ, ਰਣਜੀਤ ਬਾਵਾ ਪਹੁੰਚੇ ਨੇ, ਖਾਸ ਗੱਲਬਾਤ ਕੀਤੀ ਹੈ News 18 ਨਾਲ, ਕਹਿੰਦੇ ਗਰਾਊਂਡ ਬਹੁਤ ਵਧੀਆ, ਕਿੰਗਸ ਪੰਜਾਬ ਕਿੰਗਸ ਨੂੰ ਸਪੋਰਟ ਕਰਨ ਆਏ ਨੇ, ਸ਼ਿਖਰ ਧਵਨ ਦੇ ਦੋਨੋਂ ਦੋਸਤ ਨੇ ਚੰਗੇ, ਔਰ ਇਸੇ ਸਟੇਡੀਅਮ ਚ ਹੁਣ ਦੇਖਣਾ ਹੋਏਗਾ ਮੁਕਾਬਲਾ ਕਾਂਟੇ ਦਾ ਰਹਿੰਦਾ ਜਾਂ ਨਹੀਂ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, News 18 ਬੁੱਲਾਂ ਪਰ।